ਆਪਾਂ ਤਾਂ ਇਹ ਵੀ ਕਹਿੰਦੇ ਕਹਿੰਦੇ ਸਾਨੂੰ ਤਾਂ ਕਹਿੰਦੇ ਇਸ ਵਾਰ ਲੋੜ ਹੀ ਨਹੀਂ ਪਈ ਕਹਿੰਦੇ ਸਿੱਧੂ ਨੇ ਸਾਰਾ ਕੰਮ ਸਾਡਾ ਇਹ ਤੇ ਹੁਣ ਪਤਾ ਲੱਗੂਗਾ ਉਸੇ ਸਿੱਧੂ ਨੇ ਠੋਕਣਾ ਹੁਣ ਲੜਾਈ ਜਿਹੜੀ ਆ ਉਹ ਮਹਿੰਗਾਈ ਦੇ ਖਿਲਾਫ ਵੀ ਆ ਵੱਡੇ ਲੀਡਰ ਬੋਲ ਰਹੇ ਆ ਉਹ ਹੁਣ ਸੱਚ ਬੋਲਣ ਲੱਗੇ ਆ ਇਲੈਕਸ਼ਨ ਤੋਂ ਬਾਅਦ ਵੀ ਜੇ ਆਪਸ ਦੇ ਵਿੱਚ ਇਹ ਕੰਮ ਨਾ ਕਰਦੇ ਤਾਂ ਸ਼ਾਇਦ ਸਰਕਾਰ ਬਣ ਜਾਂਦੀ ਪਰ ਕੁਤਰ ਕੇ ਰੱਖੇ ਆ ਚਿਹਰਾ ਸੀ ਚੰਨੀ ਨੂੰ ਅਨਾਊਂਸ ਕਰਤਾ ਸਿੱਧੂ ਦਾ ਪੱਲੇ ਕੀ ਸੀਗਾ ਸਾਰਾ ਕੁਛ ਇੱਥੇ ਆ ਕੇ ਦਿੱਲੀਓਂ ਲੋਕ ਬਹਿ ਗਏ ਆ ਗਏ ਉਹਨਾਂ ਨੇ ਬਿਲਕੁਲ ਇਹ ਕਹਿਤਾ ਵੀ ਸਿੱਧੂ ਤਾਂ ਆਪਣੀ ਮਰਜ਼ੀ ਨਾਲ ਕੋਈ ਸੈਕਟਰੀ ਵੀ ਨਹੀਂ ਲਾ ਸਕਦਾ ਪਹਿਲਾਂ ਵੱਡੇ ਲੀਡਰ ਇਹ ਸੱਚ ਨਹੀਂ ਬੋਲਦੇ ਸੀ ਝੂਠ ਬੋਲਦੇ ਨਵਜੋਤ ਸਿੱਧੂ ਤੋਂ ਬਗੈਰ ਕੋ ਕਿਹੜਾ ਲੀਡਰ ਆ ਜਿਹਦੇ ਕੋ ਅੱਜ ਆਪਾਂ ਨੂੰ ਆਸ ਆ ਜਿਹੜਾ ਬੰਦਾ ਪੰਜਾਬ ਦੇ ਵਿੱਚ ਕਾਂਗਰਸ ਦੁਬਾਰਾ ਖੜੀ ਕਰ ਸਕਦਾ ਇਸ ਗੱਲ ਦਾ ਨੁਕਸਾਨ ਹੋਇਆ ਪਾਰਟੀ ਨੂੰ ਕਿ ਆਪ ਚੰਨੀ ਜਾ ਕੇ ਐਲਾਨ ਕਰਦੇ ਸੀ ਸਿੱਧੂ ਜਾ ਕੇ ਕਹਿੰਦੇ ਸੀ ਕਿ ਲੋਲੀਪੋਪ ਵੰਡ ਰਹੇ ਨੇ ਲੋਕ ਕਹਿੰਦੇ ਭਰੋਸਾ ਕਿਸ ਤੇ ਕਰ ਨਹੀਂ ਸਿੱਧੂ ਅੱਜ ਵੀ ਉੱਥੇ ਖੜਾ ਸੱਚ ਬੋਲ ਰਿਹਾ ਸੀ ਕਾਂਗਰਸ ਲੜਾਈ ਲੜਨ ਦੇ ਲਈ ਸੜਕਾਂ ਤੇ ਉਤਰੀ ਹੈ ਪਰ ਤਕਰੀਰਾਂ ਜੋ ਨੇ ਉਹ ਅੰਦਰੂਨੀ ਲੜਾਈ ਦੀਆਂ ਹੋ ਰਹੀਆਂ ਨੇ ਕਹਿ ਰਹੇ ਨੇ ਕਿ ਇੱਕ ਦੂਜੇ ਦੀਆਂ ਲੱਤਾਂ ਨਾ ਖਿੱਚੋ ਕਰੰਟ ਆਪਣੀ ਲੱਗਦਾ ਸਾਡੇ ਨਾਲ ਕਾਂਗਰਸੀ ਸਾਬਕਾ ਵਿਧਾਇਕ ਮੌਜੂਦ ਨੇ ਗੱਲਬਾਤ ਕਰਦੇ ਹਾਂ ਚੀਮਾ ਸਾਹਿਬ ਲੜਾਈ ਤਾਂ ਮਹਿੰਗਾਈ ਦੇ ਖਿਲਾਫ ਹੈ ਪਰ ਇੱਥੇ ਤਕਰੀਰਾਂ ਜਿਹੜੀਆਂ ਨੇ ਉਹ ਜ਼ਿਆਦਾ ਆਪਣੀ ਪਾਰਟੀ ਦੇ ਵਿੱਚ ਜਿਹੜੀ ਲੜਾਈ ਚੱਲ ਰਹੀ ਹੈ ਉਹਦੀ ਜ਼ਿਆਦਾ ਸੁਣਨ ਨੂੰ ਮਿਲ ਰਹੀ ਹੈ ਲੜਾਈ ਤਾਂ ਲੜਾਈ ਹੁੰਦੀ ਹੈ ਨਾ ਲੜਾਈ ਜਿਹੜੀ ਆ ਉਹ ਮਹਿੰਗਾਈ ਦੇ ਖਿਲਾਫ ਵੀ ਆ ਵੱਡੇ ਲੀਡਰ ਬੋਲ ਰਹੇ ਆ ਉਹ ਹੁਣ ਸੱਚ ਬੋਲਣ ਲੱਗੇ ਆ ਇਲੈਕਸ਼ਨ ਤੋਂ ਬਾਅਦ ਵੀ ਜੇ ਆਪਸ ਦੇ ਵਿੱਚ ਇਹ ਕੰਮ ਨਾ ਕਰਦੇ ਤਾਂ ਸ਼ਾਇਦ ਸਰਕਾਰ ਬਣ ਜਾਂਦੀ ਉਹ ਜਿਹੜੀ ਮਹਿੰਗਾਈ ਅੱਜ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਹਾਲਾਤ ਬਣੇ ਆ ਲੋਕਾਂ ਦਾ ਜੀਣਾ ਮੁਸ਼ਕਲ ਹੋਇਆ ਪਿਆ ਕਦੀ 15 ਦਿਨਾਂ ਦੇ ਵਿੱਚ 10 ਰੁਪਈਏ ਲੀਟਰ ਤੇਲ ਡੀਜ਼ਲ ਅਤੇ ਪੈਟਰੋਲ ਵਾਧਾ ਨਹੀਂ ਸੀ ਵੇਖਿਆ ਸਿਲੰਡਰ ਦੀ ਕੀ ਹਾਲਾਤ ਹੋ ਗਈ ਆ ਇਹ ਤਾਂ ਅਜੇ ਵੀ ਆ ਲੀਡਰ ਸਮਝ ਜਾਣ ਸਾਰੇ ਜਿਹੜੇ ਉੱਪਰਲੇ ਆ ਅਤੇ ਸਮਝ ਆਉਣੀ ਚਾਹੀਦੀ ਤੁਸੀਂ ਕਹਿ ਰਹੇ ਹੋ ਕਿ ਵੱਡੇ ਲੀਡਰ ਬੋਲ ਰਹੇ ਨੇ ਹੁਣ ਸੱਚ ਬੋਲਣ ਲੱਗੇ ਨੇ ਪਹਿਲਾਂ ਵੱਡੇ ਲੀਡਰ ਇਹ ਸੱਚ ਨਹੀਂ ਬੋਲਦੇ ਸੀ ਝੂਠ ਬੋਲਦੇ ਹੁੰਦੇ ਨਹੀਂ ਅਸੀਂ ਤਾਂ ਸੁਣ ਰਹੇ ਇਹਨਾਂ ਦੀਆਂ ਤਕਰੀਰਾਂ ਹੁਣ ਕਹਿ ਰਿਹਾ ਵੀ ਇੱਦਾਂ ਹੋਣਾ ਚਾਹੀਦਾ ਸੀ ਇੱਦਾਂ ਹੋਣਾ ਚਾਹੀਦਾ ਸੀ ਅਤੇ ਸਮਝਣਾ ਚਾਹੀਦਾ ਸਾਰਿਆਂ ਨੂੰ ਪਹਿਲਾਂ ਹੀ ਕਿਵੇਂ ਵੇਖਦੇ ਹੋ ਐਨਾਲਿਸਿਸ ਕੀ ਕੀਤਾ ਤੁਸੀਂ ਤਾਂ ਤੁਹਾਡੀ ਤਾਂ ਆਪਣੀ ਸੀਟ ਦੇ ਉੱਤੇ ਹੀ ਤੁਹਾਡੇ ਹੀ ਕਾਂਗਰਸੀ ਵਿਧਾਇਕ ਨੇ ਆਪਣਾ ਪੁੱਤਰ ਆਜ਼ਾਦ ਤੌਰ ਦੇ ਉੱਤੇ ਖੜਾ ਕਰਕੇ ਤੁਹਾਨੂੰ ਹਰਾ ਦਿੱਤਾ ਕੀ ਲੱਗਦਾ ਇਹ ਤਾਂ ਐਮਐਲਏ ਨਹੀਂ ਮਿਨਿਸਟਰ ਨੇ ਇਹ ਤਾਂ ਤੁਹਾਡੇ ਲੀਡਰ ਜ਼ਿਆਦਾ ਤਕਰੀਰਾਂ ਦੇ ਰਹੇ ਨੇ ਅੰਦਰੂਨੀ ਲੜਾਈ ਦੀਆਂ ਉਹ ਤਕਰੀਰਾਂ ਦੇ ਰਹੇ ਬਿਲਕੁਲ ਇਹ ਤਾਂ ਹੀ ਇੱਥੇ ਬੈਠੇ ਆ ਸੜਕਾਂ ਤੇ ਕਿਉਂ ਬੈਠੇ ਇਸੇ ਕਰਕੇ ਸਾਰੇ ਬੈਠੇ ਸਾਰੇ ਇੱਕੋ ਜਿਹੇ ਹੋ ਗਏ ਜੇ ਕੰਮ ਨਾ ਕਰਦਾ ਸਰਕਾਰ 'ਚ ਬੈਠੇ ਹੁੰਦੇ ਕੀ ਲੱਗਦਾ ਤੁਹਾਨੂੰ ਅੰਦਰ ਕੀ ਦ੍ਰਿਸ਼ ਕੀ ਨਜ਼ਰ ਆ ਰਿਹਾ ਕਾਂਗਰਸ ਦਾ ਕਿਉਂਕਿ ਪ੍ਰਧਾਨਗੀ ਨੂੰ ਲੈ ਕੇ ਵੀ ਲੱਗ ਰੌਲਾ ਪਿਆ ਹੋਇਆ ਪ੍ਰਧਾਨਗੀ ਨੂੰ ਲੈ ਕੇ ਵੀ ਧੜੇ ਬਣਦੇ ਹੋਏ ਨਜ਼ਰ ਆ ਰਹੇ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਤੁਹਾਡੇ ਘਰ ਤੋਂ ਹੀ ਹੁੰਦੀ ਹੈ 24 ਹੁੰਦੇ ਨੇ ਫਿਰ 40 ਹੁੰਦੇ ਨੇ ਹੁਣ ਕੀ ਇਹ ਨੰਬਰ ਅੱਗੇ ਵੱਧਦਾ ਹੋਇਆ ਨਜ਼ਰ ਤੁਸੀਂ ਮੈਨੂੰ ਦੱਸੋ ਵੀ ਨਵਜੋਤ ਸਿੱਧੂ ਤੋਂ ਬਗੈਰ ਕੋ ਕਿਹੜਾ ਲੀਡਰ ਆ ਜਿਹਦੇ ਕੋ ਅੱਜ ਆਪਾਂ ਨੂੰ ਆਸ ਆ ਜਿਹੜਾ ਬੰਦਾ ਪੰਜਾਬ ਦੇ ਵਿੱਚ ਕਾਂਗਰਸ ਦੁਬਾਰਾ ਖੜੀ ਕਰ ਸਕਦਾ ਇਹ ਤਾਂ ਆਪਣੇ ਆਪ ਵਿੱਚ ਝਾਤ ਮਾਰਨ ਵੀ ਅੱਜ ਇਕੱਠੇ ਹੋ ਕੇ ਸਾਰੇ ਨਵਜੋਤ ਸਿੱਧੂ ਨੂੰ ਅੱਗੇ ਲਾ ਕੇ ਕਾਂਗਰਸ ਜਿਹੜੀ ਆ ਦੁਬਾਰਾ ਰਿਵਾਈਵ ਕਰ ਸਕਦੀ ਆ ਬਾਕੀ ਉਹ ਕੰਮ ਨਹੀਂ ਕਰਨਾ ਚਾਹੀਦਾ ਕਿਉਂ ਰਿਵਾਈਵ ਪਹਿਲਾਂ ਕਿਉਂ ਨਹੀਂ ਹੋਈ ਜੇ ਨਵਜੋਤ ਸਿੱਧੂ ਨੂੰ ਪਹਿਲਾਂ ਵੀ ਜ਼ਿੰਮੇਵਾਰੀ ਦਿੱਤੀ ਸੀ ਕਹਿੰਦੇ ਸੁਨੀਲ ਜਾਖੜ ਸੀਗੇ ਉਹ ਤਾਂ ਫਿਰ 70 ਸੀਟਾਂ ਦਵਾਗੇ ਸਿੱਧੂ ਨੂੰ ਪ੍ਰਧਾਨ ਲਾਇਆ ਉਹ ਤਾਂ 18 ਤੇ ਕਹਿੰਦੇ ਡਬੋਤਾ ਸਿੱਧੂ ਨੂੰ ਦਿੱਤਾ ਕੀ ਸੀਗਾ 3 ਮਹੀਨੇ ਅਸਤੀਫਾ ਦਿੱਤੀ ਰੱਖਿਆ ਆਪਣੀ ਮਰਜ਼ੀ ਨਾਲ ਜਨਰਲ ਸੈਕਟਰੀ ਸੈਕਟਰੀ ਨਹੀਂ ਲਾ ਸਕਦਾ ਸੀ ਪਰ ਕੁਤਰ ਕੇ ਰੱਖੇ ਆ ਚਿਹਰਾ ਸੀ ਚੰਨੀ ਨੂੰ ਅਨਾਊਂਸ ਕਰਤਾ ਸਿੱਧੂ ਦਾ ਪੱਲੇ ਕੀ ਸੀਗਾ ਸਿੱਧੂ ਨੂੰ ਫ੍ਰੀ ਹੈਂਡ ਦੇਣ ਤੇ ਜਿਹੜੀ ਕਾਂਗਰਸ ਦੁਬਾਰਾ ਖੜੀ ਹੋ ਜਾਵੇ ਸਿੱਧੂ ਜਿਸ ਤਰੀਕੇ ਨਾਲ ਹੁਣ ਜਾ ਕੇ ਲੋਕਾਂ 'ਚ ਵਿਚਰ ਰਹੇ ਨੇ ਵਰਕਰਾਂ ਦੇ ਘਰ ਜਾ ਰਹੇ ਨੇ ਪਹਿਲਾਂ ਵੀ ਇਹੋ ਜਿਹੀਆਂ ਚੀਜ਼ਾਂ ਕਿਉਂ ਨਹੀਂ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਵਰਕਰਾਂ ਨੂੰ ਮਜ਼ਬੂਤ ਕਰਨ ਦੀ ਗੱਲ ਪਹਿਲਾਂ ਕਿਉਂ ਨਹੀਂ ਇਸ ਲੈਵਲ ਦੇ ਉੱਤੇ ਚੱਕੀ ਜਦੋਂ ਦੱਸਿਆ ਵੀ ਸਾਰਾ ਕੁਛ ਇੱਥੇ ਆ ਕੇ ਦਿੱਲੀਓਂ ਲੋਕ ਬਹਿ ਗਏ ਆ ਕੇ ਉਹਨਾਂ ਨੇ ਬਿਲਕੁਲ ਇਹ ਕਹਿਤਾ ਵੀ ਸਿੱਧੂ ਤਾਂ ਆਪਣੀ ਮਰਜ਼ੀ ਨਾਲ ਕੋਈ ਸੈਕਟਰੀ ਵੀ ਨਹੀਂ ਲਾ ਸਕਦਾ ਆਪਣੀ ਸਰਕਾਰ ਦੇ ਖਿਲਾਫ ਲੜਾਈ ਲੜਦੇ ਰਹੇ ਜਿਹੜੀ 3 ਮਹੀਨੇ ਬਣੀ ਆ ਏਜੀ ਇਸ ਗੱਲ ਦਾ ਨੁਕਸਾਨ ਹੋਇਆ ਪਾਰਟੀ ਨੂੰ ਕਿ ਆਪ ਚੰਨੀ ਜਾ ਕੇ ਐਲਾਨ ਕਰਦੇ ਸੀ ਸਿੱਧੂ ਜਾ ਕੇ ਕਹਿੰਦੇ ਸੀ ਕਿ ਲੋਲੀਪੋਪ ਵੰਡ ਰਹੇ ਨੇ ਲੋਕ ਕਹਿੰਦੇ ਭਰੋਸਾ ਕਿਸ ਤੇ ਕਰਦੇ ਨਹੀਂ ਸਿੱਧੂ ਅੱਜ ਵੀ ਉੱਥੇ ਖੜਾ ਸੱਚ ਬੋਲ ਰਿਹਾ ਸੀ ਜੇ ਤੁਸੀਂ ਸੱਚਾਈ ਦੇ ਜਿਹੜਾ ਸੱਚਾਈ ਤੇ ਖੜੇ ਰਹਿੰਦੇ ਆ ਸੱਚਾਈ ਤੇ ਤੁਸੀਂ ਪਹਿਰਾ ਦਿੰਦੇ ਆ ਤੇ ਫਿਰ ਤੁਹਾਨੂੰ ਜਿਹੜਾ ਆ ਉਹ ਚੀਜ਼ ਤੇ ਪਹਿਰਾ ਦੇਣਾ ਪੈਣਾ ਐਲਾਨਾਂ ਨਾਲ ਕੁਛ ਨਹੀਂ ਬਣਦਾ ਹੁਣ ਐਲਾਨ ਜਿਹੜੇ ਆ ਉਹ ਭਗਵੰਤ ਮਾਨ ਨੇ ਵੀ ਕੀਤੇ ਆ ਕਿੱਥੇ ਗਿਆ 300 ਯੂਨਿਟ ਐਲਾਨ ਜੀ ਤਾਂ ਨਾ ਬਣੀ ਆ ਆਪਾਂ ਕੰਮ ਕਰਨ ਵਾਲੇ ਜਿਹੜੇ ਗੱਲ ਬਣੀ ਹੈ ਭਗਵੰਤ ਮਾਨ ਤਾਂ ਇਹ ਵੀ ਕਹਿੰਦੇ ਸਾਨੂੰ ਤਾਂ ਕਹਿੰਦੇ ਇਸ ਵਾਰ ਲੋੜ ਹੀ ਨਹੀਂ ਪਈ ਕਹਿੰਦੇ ਸਿੱਧੂ ਨੇ ਸਾਰਾ ਕੰਮ ਸਾਡਾ ਪੂਰਾ ਇਹ ਤੇ ਹੁਣ ਪਤਾ ਲੱਗੂਗਾ ਉਸੇ ਸਿੱਧੂ ਨੇ ਠੋਕਣਾ ਹੁਣ ਉਸ ਹੁਣ ਅੱਜ ਕੀ ਹਾਲਾਤ ਆ ਲਾਅ ਐਂਡ ਆਰਡਰ ਦੀ ਅੱਜ ਉਸੇ ਸਿੱਧੂ ਤੋਂ ਡਰਦਿਆਂ ਪ੍ਰਸ਼ਾਸਨ ਪੁਲਿਸ ਦੀਆਂ ਦੂਜੀਆਂ ਮੀਟਿੰਗਾਂ ਕਰਨੀਆਂ ਪੈ ਰਹੀਆਂ ਨਾ ਅੱਜ ਜੇ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਆ ਅੱਜ ਕਿਹੜਾ ਲੀਡਰ ਬਾਹਰ ਨਿਕਲਿਆ ਅੱਜ ਲੀਡਰ ਕੋ ਨਿਕਲਿਆ ਬਾਹਰ ਅੱਜ ਸਿੱਧੂ ਹੀ ਹਰ ਥਾਂ ਜਾ ਰਿਹਾ ਨਾ ਤੁਸੀਂ ਦੇਖੋ 21 ਦਿਨਾਂ 'ਚ 19 ਕਤਲ ਹੋ ਗਏ ਸਦਨ 'ਚ ਭਗਵੰਤ ਮਾਨ ਕਹਿੰਦੇ ਠੋਕੋ ਟਾਲੀ ਕਰਦੇ ਸੀ ਕਹਿੰਦੇ ਲੋਕਾਂ ਨੇ ਠੋਕੋ ਟਾਲੀ ਠੋਕਤੀ ਇਹ ਪਿਛਲੀ ਵਾਰੀ 17 'ਚ ਕੀ ਹੋਇਆ ਇਹਨਾਂ ਨਾਲ ਇਹ ਤਾਂ ਜਦੋਂ ਅੱਜ ਪਾਰਟੀ ਦੀ ਲੜਾਈ ਸੀ ਅੱਜ ਜਦੋਂ ਕਾਂਗਰਸ ਹੀ ਕਾਂਗਰਸ ਨੂੰ ਹਰਾਉਣ ਤੁਰ ਪਈ ਹਾਈਕਮਾਂਡ ਦਾ ਕੋਈ ਕੰਟਰੋਲ ਨਹੀਂ ਸੀਗਾ ਕਿਸੇ ਦਾ ਕੋਈ ਕੰਟਰੋਲ ਨਹੀਂ ਸੀਗਾ ਇਹ ਤਾਂ ਪਾਰਟੀ ਆਪਣੇ ਆਪ ਹੀ ਜਿਹੜਾ ਕੋਈ ਮਾੜਾ ਮੋਟਾ ਕੰਟਰੋਲ ਹੁਣ ਵੀ ਤੁਹਾਨੂੰ ਨਜ਼ਰ ਆ ਰਿਹਾ ਕੰਟਰੋਲ ਹੈ ਕਿ ਨਹੀਂ ਦੇਖੋ ਇਹ ਤਾਂ ਹੁਣ ਪ੍ਰਧਾਨ
ਜਿਹੜਾ ਅਸਤੀਫਾ ਲੈ ਆ ਨਾ ਮਨਜ਼ੂਰ ਕਰਨ ਸਿੱਧੂ ਸਾਹਿਬ ਨੂੰ ਪ੍ਰਧਾਨ ਲਾਉਣ ਤੇ ਆਪਣੇ ਆਪ ਫ੍ਰੀ ਹੈਂਡ ਦੇਣ ਤੇ ਕੰਟਰੋਲ ਸਾਰਾ ਨਜ਼ਰ ਆਜੂਗਾ ਤੇ ਪਾਰਟੀ ਵੀ ਜਿਹੜੀ ਦੁਬਾਰਾ ਬਿੱਟੂ ਕਹਿੰਦੇ ਗਧਿਆਂ ਤੋਂ ਸ਼ੇਰ ਮਰਾਤਾ ਕਹਿੰਦੇ ਇਹ ਤੇ ਹੁਣ ਜਿਹੜਾ ਬੰਦਾ ਹੁੰਦਾ ਨਾ ਜਿਹੋ ਜਿਹਾ ਹੁਣ ਉਹਨਾਂ ਦੀ ਸੋਚ ਹੋਊਗੀ ਇਹ ਤੇ ਜਿਹੜਾ ਵਿੱਚ ਲੜਾਈ ਲੜਨਾ ਆਪਾਂ ਕਿੰਨੀਆਂ ਕੁ ਸੀਟਾਂ ਜਿਤਾਈਆਂ ਕਿੱਥੇ ਆਪਾਂ ਇਹ ਤੇ ਜਿਹੜਾ ਦੇਖੋ ਸਾਰਿਆਂ ਨੇ ਕੋਈ ਕਸਰ ਨਹੀਂ ਛੱਡੀ ਆਪਾਂ ਨੂੰ ਇਹ ਜਿਹੜੀ ਲੜਾਈ ਰੋਕ ਕੇ ਹਜੇ ਵੀ ਇਕੱਠੇ ਹੋਣਾ ਚਾਹੀਦਾ ਜਿਹੜੇ ਚੰਨੀ ਨੇ ਕੰਮ ਕੀਤੇ ਫਿਰ ਉਹ ਭਾਵੇਂ ਬੱਕਰੀ ਚੋਣ ਵਾਲਾ ਹੋਵੇ ਜਾਂ ਮੰਜੇ ਬਣਾਉਣ ਵਾਲਾ ਕੰਮ ਹੋਵੇ ਉਹਨੇ ਨੁਕਸਾਨ ਉਹ ਤੇ ਜਿੱਦਾਂ ਕਿਸਮਤ ਹੁੰਦੀ ਨਾ ਕੀ ਲੋੜ ਸੀ ਵੋਟਾਂ ਪੈ ਗਈਆਂ ਸਭ ਕੁਛ ਹੋ ਗਿਆ ਅਖੀਰਲੇ ਦਿਨ ਤੋਂ ਬੱਕਰੀ ਚੋਣ ਲਿਆ ਇਹ ਤਾਂ ਸਾਰੀ ਉਮਰ ਦਾ ਠੱਪਾ ਲਵਾ ਲਿਆ ਇਹ ਜਿਹੜੀਆਂ ਚੀਜ਼ਾਂ ਦਾ ਜਿਹੜਾ ਜ਼ਿਆਦਾ ਉਲਟਾ ਅਸਰ ਪਿਆ ਕੀ ਲੱਗਦਾ ਹੁਣ ਪਾਰਟੀ ਦੇ ਵਿੱਚ ਡਿਸਿਪਲਿਨ ਨੂੰ ਲੈ ਕੇ ਵੀ ਬਹੁਤ ਸਵਾਲ ਖੜੇ ਹੋ ਰਹੇ ਨੇ ਔਰ ਅੱਜ ਵੀ ਦੇਖਣ ਨੂੰ ਮਿਲ ਰਿਹਾ ਕਿ ਡਿਸਿਪਲਿਨ ਅਜੇ ਵੀ ਉਸ ਤਰੀਕੇ ਨਾਲ ਨਹੀਂ ਆਇਆ ਹਾਲਾਂਕਿ ਲੀਡਰ ਵੀ ਇਹ ਗੱਲ ਕਹਿ ਰਹੇ ਰਾਜਾ ਵੜਿੰਗ ਨੇ ਵੀ ਇਹ ਤਕਰੀਰ ਦਿੱਤੀ ਪ੍ਰਤਾਪ ਬਾਜਵਾ ਨੇ ਵੀ ਇਹ ਗੱਲ ਕੀਤੀ ਰੰਧਾਵਾ ਸਾਹਿਬ ਹੁਣੀ ਵੀ ਬੋਲ ਰਹੇ ਨੇ ਡਿਸਿਪਲਿਨ ਪਾਰਟੀ ਦੇ ਵਿੱਚ ਕਿਉਂ ਨਹੀਂ ਬਣ ਰਿਹਾ ਕਾਂਗਰਸ ਇਹ ਤੇ ਵੱਡੇ ਲੀਡਰਾਂ ਨੇ ਬਣਾਉਣਾ ਹੁੰਦਾ ਜਦੋਂ ਵੱਡੇ ਲੀਡਰ ਹੀ ਨਹੀਂ ਬਣਾ ਕੇ ਰਾਜੀ ਜਾਂ ਵੱਡੇ ਲੀਡਰ ਹੀ ਇੱਕ ਦੂਜੇ ਦੀਆਂ ਪੱਗਾਂ ਲਾਉਣ ਲਈ ਤੁਰੇ ਆ ਤੇ ਪਾਰਟੀ ਦਾ ਕੀ ਬਣੂਗਾ ਉੱਥੇ ਇਹ ਤੇ ਪਾਰਟੀ ਲਈ ਹਾਈ ਕਮਾਂਡ ਨੂੰ ਸੋਚਣਾ ਚਾਹੀਦਾ ਲੀਡਰ ਤੇ ਇੱਥੋਂ ਤੱਕ ਕਹਿੰਦੇ ਸੀ ਨਾ ਹਾਈ ਆ ਨਾ ਕਮਾਂਡ ਡਰ ਹੀ ਕੋਈ ਨੀਗਾ ਜਦੋਂ ਡਰ ਕਿਸੇ ਚੀਜ਼ ਦਾ ਹਾਈਕਮਾਂਡ ਦਾ ਨੀ ਫਿਰ ਇੱਦਾਂ ਹੀ ਹੁੰਦੀ ਹੈ ਜੇ ਹਜੇ ਵੀ ਇੱਦਾਂ ਰੱਖਣਾ ਫਿਰ ਉਹਦਾ ਹੋਰ ਮਾੜਾ ਹਾਲਾਤ ਡਰ ਕੀ ਲੱਗਦਾ ਕਿਸ ਦਾ ਡਰ ਹੋਊਗਾ ਹਾਈਕਮਾਂਡ ਦਾ ਜੇ ਡਰ ਨਹੀਂ ਹੈਗਾ ਤਾਂ ਕਿਸ ਦੇ ਡਰ ਦੇ ਉੱਤੇ ਪਾਰਟੀ ਰਿਵਾਈਵ ਕਰੂਗੀ ਲੀਡਰ ਕਿਵੇਂ ਰਿਵਾਈਵ ਕਰੂਗਾ ਇਹ ਤਾਂ ਹੁਣ ਹਾਈਕਮਾਂਡ ਦੀ ਮਰਜ਼ੀ ਹੈ ਜੇ ਹਾਈਕਮਾਂਡ ਨਹੀਂ ਡਰ ਰੱਖਣਾ ਚਾਹੁੰਦੀ ਜੇ ਆਪਣਾ ਕੰਟਰੋਲ ਨਹੀਂ ਕਰਨਾ ਚਾਹੁੰਦੀ ਤਾਂ ਫਿਰ ਤਾਂ ਪਾਰਟੀ ਦਾ ਹਾਲਾਤ ਜੋ ਹੁੰਦੇ ਆ ਦੂਜੀਆਂ ਸਟੇਟਾਂ 'ਚ ਉੱਥੇ ਵੀ ਹੋ ਜਾਊ ਲੱਗਦਾ ਕਿ ਸਿੱਧੂ ਜੇ ਪ੍ਰਧਾਨ ਆਉਂਦੇ ਨੇ ਤਾਂ ਪਾਰਟੀ ਦੇ ਵਿੱਚ ਮਜ਼ਬੂਤੀ ਆਊ ਕੋਈ ਚਾਰਾ ਨਹੀਂ ਹੋਰ ਅੱਜ ਮੇਰੀ ਗੱਲ ਯਾਦ ਰੱਖਿਓ ਕੋਈ ਚਾਰਾ ਨਹੀਂ ਹੋਰ ਇਹ ਤੇ ਕਰਨਾ ਪੈਣਾ ਆ ਇਹ ਤੇ ਜਿਹੜੇ ਦੂਸਰੇ ਲੀਡਰ ਆ ਉਹ ਕੋਈ ਬਣ ਕੇ ਵੀ ਖੁਸ਼ ਨਹੀਂ ਜੋ ਮੈਨੂੰ ਲੱਗਦਾ ਪ੍ਰਧਾਨ ਇਸ ਕਰਕੇ ਲੜਾਈ ਬੜੀ ਲੰਬੀ ਆ ਰੰਧਾਵਾ ਸਾਹਿਬ ਕਹਿ ਚੁੱਕੇ ਨੇ ਕਹਿੰਦੇ ਮੈਂ ਪ੍ਰਧਾਨ ਬਣਨਾ ਚਾਹੁੰਦਾ ਔਰ ਜੋ ਢਾਂਚਾ ਹੈ ਕਹਿੰਦੇ ਉਹਦੇ 'ਚ ਸੁਧਾਰ ਲੈ ਕੇ ਆਉਣਾ ਇਹ ਤਾਂ ਸੁਧਾਰ ਮੈਂ ਕਿਹਾ ਸੁਧਾਰ ਲਿਆਉਣਗੇ ਤੇ ਬਚਣਗੇ ਨਹੀਂ ਤਾਂ ਨਹੀਂ ਬਚਣਾ ਨਵਤੇਜ ਚੀਮਾ ਹਾਲਾਂਕਿ ਵੱਖ ਵੱਖ ਧੜਿਆਂ ਦੀ ਮੀਟਿੰਗਾਂ ਹੋ ਰਹੀਆਂ ਨੇ ਸ਼ੁਰੂਆਤ ਇਹਨਾਂ ਦੇ ਘਰ ਤੋਂ ਵੀ ਹੁੰਦੀ ਹੈ ਔਰ ਕਹਿ ਰਹੇ ਨੇ ਕਿ ਪਾਰਟੀ ਦੇ ਵਿੱਚ ਇਨਡਿਸਿਪਲਿਨ ਦੀ ਜਿਸ ਤਰੀਕੇ ਦੇ ਨਾਲ ਇਸ ਵੇਲੇ ਤਸਵੀਰ ਨਜ਼ਰ ਆ ਰਹੀ ਹੈ ਉਸ ਨੂੰ ਸੁਧਾਰਨ ਦੀ ਲੋੜ ਹੈ ਔਰ ਹਾਈ ਕਮਾਂਡ ਨੂੰ ਵੀ ਇਸ ਦੇ ਵਿੱਚ ਦਖਲ ਦੇਣ ਦੀ ਲੋੜ ਹੈ ਤਾਂ ਹੀ ਪਾਰਟੀ ਸੁਧਾਰ ਦੇ ਉੱਤੇ ਆ ਸਕਦੀ ਹੈ ਔਰ ਨਵਜੋਤ ਸਿੱਧੂ ਹੀ ਪਾਰਟੀ ਦੇ ਵਿੱਚ ਇੱਕ ਵਾਰ ਫਿਰ ਤੋਂ ਜਾਨ ਭਰ ਸਕਦੇ ਨੇ ਕੈਮਰਾਮੈਨ ਬਲਜਿੰਦਰ ਦੇ ਨਾਲ ਗਗਨਦੀਪ ਸਿੰਘ ਪ੍ਰੋ ਪੰਜਾਬ ਟੀਵੀ ਚੰਡੀਗੜ੍ਹ